लो भी सज्जनों अज की वीडियो जी बहुत खास वीडियो आ। अज की वीडियो आप ट्रैक्टर डीटी 14 पर डीटी 14 का जो मेन चीज़ा जिहड़ियां हजे तक आप फलमाइया नहीं वह तो नाल दी नाल अपने नाल होणगे अंकल जी सरबजीत सिंह देओल जी ट्रैक्टर की दुनिया के मास्टर आ। जो भी चीज़ा सानू नहीं पता होंदिया अंकल जी नू मैसेज करीदा वा ते अंकल जी इस जिहड़ी साडी जाने के परेशानी होंदी आ उहदा हल कर दिंदे आ पूरा। किवें हल करदे हो तुसीं इस वीडियो दे विच देखोगे। तो अंकल जी दे पहलां ला दईए मैक ਬਾਰੇ ਫਿਰ ਗੱਲ ਕਰਨੀ ਹੈ ਵੀ ਉਹ ਇੰਨੀ ਨੌਲੇਜ ਕਿਵੇਂ ਇਕੱਠੀ ਕੀਤੀ ਜੀ ਇਹ ਹੁੰਦੀ ਹੈ ਸ਼ੌਕ ਨਾਲ। ਦੂਸਰੀ ਗੱਲ ਇਹ ਆ ਹਾਂਜੀ ਖੇਤੀਬਾੜੀ ਕਰਦੇ ਸੀਗੇ ਤਾਂ ਮਸ਼ੀਨਰੀ ਨਾਲ ਬਹੁਤ ਵਾਹ ਸੀਗਾ। ਹਾਂਜੀ ਇੱਕ ਤਾਂ ਇਹ ਵਜ੍ਹਾ ਸੀਗੀ, ਦੂਸਰੇ ਬੰਨੇ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਹੁੰਦੀਆਂ ਇੰਸਟਰਕਸ਼ਨ ਬੁੱਕ, ਹਾਂਜੀ ਉਹ ਮੈਨੂੰ ਪੜ੍ਹਨ ਦਾ ਸ਼ੌਕ ਸੀਗਾ। ਹਾਂਜੀ ਅਤੇ ਇਸ ਵਜ੍ਹਾ ਕਰਕੇ ਮੈਨੂੰ ਸ਼ਾਇਦ ਦੂਸਰਿਆਂ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਪਤਾ ਹੋਵੇ, ਪਰ ਦੁਨੀਆ ਭਲੀ ਤੋਂ ਭਲੀ ਪਈ ਹੈ। ਮੇਰੇ ਤੋਂ ਵੀ ਤਕੜੇ ਬੰਦੇ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਆ। ਹਾਂਜੀ ਹਾਂਜੀ ਅਤੇ ਥੋੜ੍ਹੇ ਬੰਦਿਆਂ ਨਾਲੋਂ ਜ਼ਿਆਦਾ ਜਾਣਕਾਰੀ ਸ਼ਾਇਦ ਮੇਰੀ ਹੋਵੇ। ਹਾਂਜੀ ਅਤੇ ਅੰਕਲ ਜੀ ਇਸ ਟਰੈਕਟਰ ਬਾਰੇ ਵੀਡੀਓ ਮੈਂ ਵੀ ਬਹੁਤ ਬਣਾ ਲਈਆਂ, ਮੇਰੀਆਂ ਵੀਡੀਓ ਤੁਸੀਂ ਵੇਖਦੇ ਹੀ ਰਹਿੰਦੇ ਹੋ ਹੈ ਨਾ, ਹੋਰ ਵੀ ਕਾਫੀ ਬੰਦਿਆਂ ਨੇ ਵੀਡੀਓ ਬਣਾਈਆਂ, ਪਰ ਜੋ ਕੁਛ ਸਾਡੇ ਤੋਂ ਮਿਸ ਹੋ ਗਿਆ ਹੁਣ ਤੱਕ ਇਸ ਟਰੈਕਟਰ ਬਾਰੇ ਉਹ ਤੁਸੀਂ ਦੱਸੋ ਜੀ। ਮੈਂ ਪੂਰੀ ਕੋਸ਼ਿਸ਼ ਕਰੂੰਗਾ ਜਿੰਨਾ ਮੈਨੂੰ ਪਤਾ ਹੈਗਾ, ਉਹ ਤੋਂ ਬਾਅਦ ਵੀ ਇਹਦੇ ਵਿੱਚ ਕਈ ਚੀਜ਼ਾਂ ਰਹਿ ਜਾਣੀਆਂ। ਹਾਂਜੀ ਉਹਦੀ ਵਜ੍ਹਾ ਇਹ ਹੈਗੀ ਆ, ਨਾ ਤਾਂ ਇਹਦੀ ਕੋਈ ਇੰਸਟਰਕਸ਼ਨ ਬੁੱਕ ਮਿਲਦੀ ਆ। ਅੱਛਾ ਜੀ ਮੈਨੂੰ ਅਤੇ ਮੈਂ ਅਪੀਲ ਕਰਦਾ ਜੇ ਕਿਸੇ ਕੋਲ ਹੈਗੀ ਆ ਹਾਂਜੀ ਤਾਂ ਉਹ ਜੇ ਉਹ ਵੇਚਣੀ ਚਾਹੁੰਦਾ ਜਾਂ ਮੈਨੂੰ ਉਹਦੀ ਫੋਟੋ ਕਾਪੀ ਕਰਕੇ ਕਿਸੇ ਵੀ ਰੂਪ 'ਚ ਦੇਣੀ ਚਾਹੁੰਦਾ ਹੈਗਾ ਹਾਂਜੀ ਤਾਂ ਮੈਂ ਉਹਨੂੰ ਉਹਦੇ ਪੈਸੇ ਦਊਂਗਾ। ਠੀਕ ਹੈ ਜੀ ਅਤੇ ਵੈਸੇ ਤਾਂ ਜਿਹਦੇ ਕੋਲ ਹੈਗੀ ਆ ਉਹਨੂੰ ਰੱਖਣੀ ਚਾਹੀਦੀ ਆ, ਮੇਰੇ ਕੋਲ ਹੋਵੇ ਮੈਂ ਕਦੇ ਨਹੀਂ ਦਊਂਗਾ। ਅੱਛਾ ਜੀ ਠੀਕ ਹੈ ਠੀਕ ਨਹੀਂ ਠੀਕ ਹੈ ਜੀ ਅਤੇ ਹੋਰ ਕੀ ਸੀ ਗੱਲ ਮੈਂ ਭੁੱਲੀ ਗਿਆ ਜਿਹੜੀ ਦੱਸਣੀ ਚਾਹੁੰਦਾ ਵੀ ਇਸ ਟਰੈਕਟਰ ਬਾਰੇ ਆਪਾਂ ਜਿਹੜੀ ਗੱਲ ਕਰਨੀ ਆ ਵੀ ਅਤੇ ਉਹਦੇ ਵਿੱਚ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ ਜਿੱਦਾਂ ਕਿ ਇਹਨੂੰ ਮੈਂ ਦੇਖਿਆ ਭੁੱਖਿਆ ਹਾਂਜੀ ਉਹ ਮੈਂ ਦੱਸ ਦਿੰਦਾ ਇਹਦੇ 9 ਤੋਂ ਚੱਲਦੇ ਆ DT-14 ਹਾਂਜੀ ਇਹਦਾ ਮਤਲਬ ਹੈਗਾ ਡਿਊਲ ਟਰਾਂਸਮਿਸ਼ਨ 14 ਠੀਕ ਹੈ ਜੀ। ਜਿੰਨੇ ਟਰੈਕਟਰ ਮੈਂ ਦੇਖੇ ਆ ਜਦੋਂ ਦੀ ਮੈਂ ਸੁਰਤ ਸੰਭਲੀ ਆ ਹਾਂਜੀ ਇਹ ਪਹਿਲਾ ਟਰੈਕਟਰ ਸੀਗਾ ਡਿਊਲ ਟਰਾਂਸਮਿਸ਼ਨ, ਹੁਣ ਤਾਂ ਬਹੁਤ ਆ ਗਏ ਆ। ਠੀਕ ਹੈ ਜੀ ਅਤੇ ਪਹਿਲਾ ਹੀ ਟਰੈਕਟਰ ਹੈਗਾ ਜਿਹੜਾ ਇਹ DI ਆ ਜਿਹੜਾ ਮੈਂ ਦੇਖਿਆ। ਅੱਛਾ ਜੀ ਇਹ ਟਰੈਕਟਰ DI ਇਹ DI ਆ ਠੀਕ ਹੈ ਜੀ ਅਤੇ ਪਹਿਲਾ ਹੀ ਟਰੈਕਟਰ ਮੈਂ ਦੇਖਿਆ ਜਿਹਦੇ ਰਿਡਕਸ਼ਨਾਂ ਲੱਗੀਆਂ ਹੋਈਆਂ ਇੱਧਰ ਲਿਆਈ ਕੈਮਰਾ ਰਿਡਕਸ਼ਨਾਂ 'ਤੇ ਹਾਂਜੀ ਆਪਾਂ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਹਾਂਡੀਆਂ ਕਹਿੰਦੇ ਹਾਂ। ਹਾਂਜੀ ਹਾਂਜੀ ਅਤੇ ਡਿਊਲ ਟਰਾਂਸਮਿਸ਼ਨ ਇਸ ਤਰੀਕੇ ਨਾਲ ਬਣਾਇਆ ਗਿਆ ਸੀਗਾ ਵੀ ਇਹਦੀ ਸੀਟ ਦੋਨੀ ਬੰਨੀ ਲੱਗ ਜਾਂਦੀ ਸੀਗੀ। ਹਾਂਜੀ ਅਤੇ ਹੁਣ ਵੀ ਦੇਖਿਆ ਮੈਂ ਇਹਨੂੰ ਜਦੋਂ ਲੈ ਕੇ ਆਇਆ ਇੱਧਰਲੇ ਤਾਂ ਲਿਆਉਣਾ ਮੈਨੂੰ ਕਾਫੀ ਔਖਾ ਹੋਇਆ। ਹਾਂਜੀ ਆਹ ਜਿਹੜੀ ਟੱਲੀ ਜੀ ਵਰਗਾ ਨਾ ਪੁਰਜਾ ਇਹ 'ਤੇ ਲਾਈ ਮਾੜਾ ਜਿਹਾ। ਹਾਂਜੀ ਇਹਦਾ ਸਟੇਅਰਿੰਗ ਖੁੱਲ੍ਹ ਕੇ ਇਹ ਟੱਲੀ ਜੀ ਲੈ ਜਾਂਦੀ ਆ ਅਤੇ ਜਾਣ ਕੇ ਢਿੱਲਾ ਰੱਖਿਆ ਸੀ ਮੈਂ ਖੁੱਲ੍ਹ ਜਾ ਇਹ ਸਟੇਅਰਿੰਗ ਇੱਥੇ ਲੱਗ ਜਾਂਦਾ ਇੱਧਰ ਲੈਣੇ ਦਿਖਾ ਦੇ ਆ ਮਾੜਾ ਜਿਹਾ ਟੱਕ ਜਿਹਾ ਹੈਗਾ ਇਹਦੇ ਵਿੱਚ ਕਾਟਰ ਪੈਂਦੀ ਆ ਇਹ ਸਾਨੂੰ ਓਰੀਜਨਲ ਮਿਲੀ ਨਹੀਂ ਆ ਵੀ ਤਾਲਿਆਂ ਜਾਣਾ ਪਾਇਆ ਨਹੀਂ ਮੈਂ ਇੱਧਰ ਪਾ ਕੇ ਅਤੇ ਵਧੀਆ ਚਲਾ ਕੇ ਦਿਖਾਉਂਦਾ ਵੀ ਕਿਵੇਂ ਚੱਲਦਾ ਅਤੇ ਭੱਜਦਾ। ਠੀਕ ਹੈ ਜੀ ਇਹਦਾ ਸੁੱਖ ਇਹ ਸੀਗਾ ਵੀ ਜੇ ਤੁਸੀਂ ਕੋਈ ਇਹੋ ਜਿਹੀ ਚੀਜ਼ ਪਾਉਣੀ ਆ ਇਹਦੇ ਇੱਧਰਲੇ ਬੰਨੇ ਹਾਂਜੀ ਇਹ ਬਹੁਤ ਵੱਡੀ ਇਹਦੇ ਵਿੱਚ ਸਹੂਲਤ ਸੀਗੀ। ਠੀਕ ਹੈ ਜੀ ਅਤੇ ਮੈਂ ਨਹੀਂ ਦੇਖਿਆ ਕਿਸੇ ਨੇ ਇਹਨੂੰ ਇਸ ਤਰੀਕੇ ਨਾਲ ਚਲਾਉਂਦੇ ਜਾਂ ਕੋਈ ਖੇਤੀਬਾੜੀ ਵਾਲਾ ਸੰਦ ਪਾਉਂਦੇ ਹੋਏ। ਮੈਂ ਉਹੀ ਸਵਾਲ ਹੀ ਉਹ ਕਰਨ ਲੱਗਾ ਸੀ ਇਹਦਾ ਕਾਰਨ ਕੀ ਸੀ, ਖਾਸ ਕੋਈ ਇੰਪਲੀਮੈਂਟ ਪਾਉਣ ਨੂੰ ਜਾਂ ਕੀ ਖਾਸ ਕੰਮ ਵਾਸਤੇ ਬਣਾਇਆ ਗਿਆ ਸੀ ਇਹਨੂੰ ਡੂਅਲ ਦੇ ਵਿੱਚ? ਇਹ ਜਿਹੜੇ ਧਰਾਤਲ 'ਤੇ ਬਣਿਆ ਨਾ ਇਹ ਵੈਸੇ ਯੂਕਰੇਨ ਦਾ ਟਰੈਕਟਰ ਆ ਜਿੱਥੇ ਹੁਣ ਲੜਾਈ ਲੱਗੀ ਹੋਈ ਆ। ਅੱਛਾ ਜੀ ਇਹ ਯੂਕਰੇਨ ਦਾ ਵਾ, ਆਪਾਂ ਵੈਸੇ ਇਹਨੂੰ ਰਸ਼ੀਆ ਦਾ ਹੀ ਕਹਿ ਦਿੰਦੇ ਹਾਂ। ਉਹ ਰਸ਼ੀ ਸੋਵੀਅਤ ਸੰਘ ਸੀ ਨਾ। ਅੱਛਾ ਜੀ ਉਦੋਂ ਇਹ ਸੂਬੇ ਸੀਗੇ ਹੁਣ ਦੇਸ਼ ਆ। ਠੀਕ ਹੈ ਜੀ ਅਤੇ ਇਹ ਸੀਗਾ ਬਾਗਬਾਨੀ ਵਾਸਤੇ। ਅੱਛਾ ਜੀ ਅਤੇ ਆ ਰਿਡਕਸ਼ਨਾਂ ਹੈਗੀਆਂ ਇਹਨੂੰ ਉੱਚਾ ਕਰ ਲਓ ਨੀਵਾਂ ਕਰ ਲਓ, ਹੋਰ ਤਾਂ ਹੋਰ ਜਿਹੜੀ ਇਹਦੀ ਰਿਡਕਸ਼ਨ ਹੈਗੀ ਆ ਨਾ ਹਾਂਜੀ ਇਹ ਘੁੰਮ ਕੇ
इधरले बन्ने भी आ जाती है। ठीक है जी। तो ट्रैक्टर की जी है ना एक्सल तो एक्सल लंबाई घट जाती है, तो यह बागबानी वास्ते। ठीक है जी। तो जोड़ा ये तो कम लिया अपने सरड़ी लोगों ने, मैं उन्होंने भी उन्होंने भी शाबाश दिना भी एक तो खर्चा घट सी। हाँ जी। तो मैं देखिया कई भी किले वाले आपके जमाने इन्ना खेती करते और बड़ी सोहनी सी, जिसे को भी सीगा मैं नहीं देखा भी वह मशीनी की वजह करके बेफसला हो जाए, मौसम की वजह करके तो हो जाए। अच्छा जी। पर ऐसी चीज ही टक 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 चलता ही रहता। ठीक है जी। तुम तो जो पहला उदो इतने खेती करते हो, चलो बहर बैठे हो तुम है ना जाके, उदो तुम ये ट्रैक्टर बहुत चलाया होगा इतने फिर जी? नहीं, बहुत घट चलाया, पर मैनू ना तुरे फिरते जमें वो साढ़े कई मेरे मामे को हों पिंड भी होंगे सरपंच आ के लाने को। हाँ जी। तो बड़ी सोहनी खेती की उन्होंने। ठीक है जी। अंकल जी एक सवाल होर आ, दसो भी भी ट्रैक्टर तुम यानी कि भी सारे ट्रैक्टर बारे तो पूरी नॉलेज आ, पर ट्रैक्टर जो लैन का कारण की भी तुम डी टी 14 ही हम खरीदया ट्रैक्टर कदों कदा नाले खरीदया ये भी दस दौ। यू हो गए 2018 च खरीदया मैं। हाँ जी। जींद तो। अच्छा जी। तो नाम है सुरेंद्र सिंह। हाँ जी। हाँ जी। पहले तो मैं वह गाहक सीगा, हूँ तो असं एक चंगे दोस्तों वांगू या रिश्तेदार वांगू हाँ। ठीक है जी। तो खरीदने का कारण यह सीगा, मैं बाकी ट्रैक्टर समझ सकिया पर ये मेरे समझो बाहर आ हजे भी। अच्छा जी। अंग्रेजी से इनू कहते ओवर इंजीनियरिंग। ओके। हाँ जी। तो दूसरे बन्ने लोगों ने यह जोड़ा है सुध उपयोग नहीं किया। ठीक है जी। कई ने शौक ही जी रिडक्शन। हाँ जी। थले करके उच्चा कर लिया। उच्चा कर लिया। हाँ जी। हम जब पंजवीं छेवीं तो पास होंगे ही है तकरीबन। हाँ जी। सारे। हाँ जी। हाँ जी। उस भी लीवर का सवाल आता। हाँ जी। लीवर का सवाल जिमें आप आम भाषा च कहने कोई भारी चीज़ हैगी। हाँ जी। आप कहने वो लिया कोई बांझे थले होड़ा दौ। हाँ जी। होड़े नाल चीज़ सौखी चक्की जा किसे होर जगह पर लिजाई जा सकती है। हाँ जी। ये मैं हूँ इतने कैमरा लिया आ लिफ्टा दी इतने पाइया हुई। हाँ जी। मैं इधर दी नहीं उधर चल नहीं दसो दसो। हाँ जी। ये गां भी गलिया है। अच्छा जी। हाँ जेड़ा ये उपर जे इनू एक्सल तो आएगा एक्सल आ गया मंगोलो ना देख। हाँ जी। आएगा एक्सल आ। हाँ जी। एक्सल तो अगे जो लिफ्ट पाई जाए। हाँ जी। तो ट्रैक्टर की खिचाई बधूगी। ठीक है जी। तो जे तो आ देखा इधर आना। हाँ जी। आ टायर तो किन्नी ज्यादा लंबी है। हाँ जी। यदि लोड़ नहीं इन्नी। ठीक है जी। जे उत्थे जा के। हाँ जी। ये फिर भी लंबी हैगी। हाँ जी। इनू बढ़ दो। ठीक है जी। बढ़ के छोटी करा दो। हाँ जी। जे हुण मैं यही कहूँगा भी जिहड़ा लीवर वाला है सिद्धांत। हाँ जी। उस नज़रिए नाल जे थोनू नहीं पता है तो फिर दूसरी गल आ, जे थोनू इस चीज़ का पता है फिर तुसी समझोगे। कई ट्रैक्टर अंकल जी मैं मेरे हिसाब नाल भी इस कारण करके भी लोगों ने फेल करते कि उन्होंने ये चीज़ नहीं देखी। नहीं, ये गौर नहीं किया है ना जी। मैं तो बाईलास दियाँ भी बढ़तियाँ सी। हाँ जी। हाँ। लोड तो ज़्यादा बढ़िया सी, उन्नी लोड नहीं सी। लोड नहीं सी। तो मैं जेडे वो एक्सल इतने से सीधे। ठीक है जी। वो थले बना के ना चुल्हा जहाँ दूनी बनी। हाँ जी। वो चुपा दी फिर भी लंबी सी। फिर मैं सरहंद तो ना कितने सगा इधर सरहंद वाल बथेरे से। हाँ जी। तो 28 दे रूसी दियाँ खरीद के तो बढ़ के लाइया से। मैं क्या भी जे ना सूत आईया घट्टो घट्ट ओरिजिनल तो मेरे को है। सही गल है। और वो नाल उहदी खिचाई च बहुत फर्क पै गया। ठीक है जी। ये चीज़ एक मेन है अंदाजा कि दूरी चाहिए है जी अंदाजा तुम जी। अंदाजा यह हैगा भी जे जेड़ा थोड़े को संद हैगा। हाँ जी। हूँ जेडे कई ज़्यादातर अपने 9 फाली या 7 फाली होंगी है। हाँ जी। वोदिया जीडिया है जिते पैनी है लिफ्टा वो गुलिया। हाँ जी। वो मिस्त्री कई बार इन इन 6-6 इंच से ला दे। हाँ जी। हूँ देखना फुट सारा आह हैगी। हाँ जी। तो 6 इंच वो होगी। हाँ जी। 1.5 फुट हो गया। 1.5 फुट जब तू फुट ही ला ला। हाँ जी। तो वह फुट नाले तो किन्ना वाधू भार पेगा। बिल्कुल जी। ठीक है ना। हाँ जी। हाँ जी। तो खासकर जो मोड़ते हैं वो तो बड़ा ही पेगा। हाँ जी। तो एक मैं भुल गया अपन पहलो तैयारी करनी चाहिए सी
ਜਦੋਂ ਆਏ ਸੀ 5511 ਹਾਂਜੀ ਉਹ ਡਰਾਫਟ ਕੰਟਰੋਲ ਸੀਗਾ ਹਾਂਜੀ ਉਹਦੇ ਇੱਕ ਪਾਸੇ ਜਿਹੜੀ ਆਹ ਨਾ ਲਿੰਕ ਹਾਂਜੀ ਉਹਦੇ ਇੱਥੇ ਮੇਰੇ ਖਿਆਲ 3-4 ਇੰਚ ਝਿਰੀ ਜਿਹੀ ਦਿੱਤੀ ਹੋਈ ਸੀ ਠੀਕ ਹੈ ਜੀ ਬਾਜਲਾਸ ਦੇ ਵੀ ਹੈਗੀ ਆ ਅਤੇ 28 ਦੇ ਰੂਸੀ ਦੇ ਵੀ ਹੈਗੀ ਆ ਰਮਾਨੀਆਂ ਦੀ ਵੀ ਹੈਗੀ ਆ ਇੱਥੋਂ ਤੱਕ ਜਿਹੜੇ ਜੌਨ ਡੀਅਰ ਆਉਂਦੇ ਆ ਉਹਨਾਂ ਦੀ ਵੀ ਹੈਗੀ ਆ ਅੱਛਾ ਜੀ ਪਰ ਹੋਰ ਤਰੀਕੇ ਦੀ ਆ ਮੈਂ ਉਹਨੂੰ ਅਵਤਾਰ ਸੀ ਉਹਨੂੰ ਵੀ ਦੱਸਿਆ ਸੀਗਾ ਹਾਂਜੀ ਮੈਂ ਕਿਹਾ ਵੀ ਉਹਨੂੰ ਜਦੋਂ ਵਾਹੁਣਾ ਨਾ ਹਾਂਜੀ ਉਹ ਝਿਰੀ ਵਾਲੇ 'ਚ ਕਰਕੇ ਪਾਓ ਠੀਕ ਹੈ ਉਹਦੀ ਵਜ੍ਹਾ ਇਹ ਆ ਜਦੋਂ ਤੁਸੀਂ ਟਰੈਕਟਰ ਜਾਂਦਾ ਹਾਂਜੀ ਸਲਿੱਪ ਤਾਂ ਕੱਢਦਾ ਹੀ ਆ ਹਾਂਜੀ ਹਾਂਜੀ ਜੇ ਟਰੈਕਟਰ ਡਰਾਫਟ ਕੰਟਰੋਲ ਹੈਗਾ ਉਹਨੂੰ ਠੀਕ ਆ ਹਾਂਜੀ ਸੰਭੂਗਾ ਜੇ ਡਰਾਫਟ ਕੰਟਰੋਲ ਹੈਗਾ ਜਾਂ ਨਹੀਂ ਹੈਗਾ ਹਾਂਜੀ ਉਹਦਾ ਫਾਇਦਾ ਫਾਇਦਾ ਜਦੋਂ ਉਹਨੇ ਮੁੜਨਾ ਇਹਨੇ ਸਲਿੱਪ ਕੱਢਣੀ ਹੈ ਠੀਕ ਹੈ ਟਾਇਰ ਘੁੰਮੂਗਾ ਨਹੀਂ ਜੇ ਹੁਣ ਟਾਇਰ 2 ਇੰਚ ਥੱਲੇ ਚਲਿਆ ਗਿਆ ਹਾਂਜੀ ਤਾਂ ਜਿਹੜਾ ਪਿੱਛੇ ਸੰਦ ਪਾਇਆ ਉਹ ਵੀ 2 ਇੰਚ ਥੱਲੇ ਚਲਿਆ ਜਾਊ ਬਿਲਕੁਲ ਜੀ ਜੇ ਤੁਸੀਂ ਝਿਰੀ 'ਚ ਪਾਇਆ ਹੋਇਆ ਹਾਂਜੀ ਤਾਂ ਸੰਦ ਹੈਗਾ ਉੱਥੇ ਹੀ ਰਹੂਗਾ ਠੀਕ ਹੈ ਜੀ ਜਦ ਉੱਥੇ ਰਹੂਗਾ ਹਾਂਜੀ ਹਾਂਜੀ ਤਾਂ ਟਰੈਕਟਰ ਦੇ ਇੰਜਣ ਦੇ ਉੱਪਰ ਜ਼ਿਆਦਾ ਬੋਝ ਨਹੀਂ ਪਊਗਾ ਬਿਲਕੁਲ ਉਹ ਸੌਖਾ ਮੁੜੂਗਾ ਹਾਂਜੀ ਅਤੇ ਮੈਂ ਤਾਂ ਜਿਹੜਾ ਅਸੀਂ ਬਾਅਦ 'ਚ ਲਿਆ ਸੀਗਾ 6011 ਮੈਂ ਤਾਂ 6011 ਦੇ ਵੀ 28 ਦੇ ਰੂਸੀ ਦੀਆਂ ਲੈ ਕੇ ਨਾ ਪਿੱਛੇ ਲਾਤੀਆਂ ਸੀਗੀਆਂ ਅੱਛਾ ਜੀ ਉਹਨੂੰ ਅਸੀਂ ਐਂ ਚਲਾਉਂਦੇ ਸੀ ਜਿਵੇਂ ਕਾਰ ਚਲਾਉਂਦੇ ਹਾਂ ਠੀਕ ਹੈ ਕਦੇ ਕੋਈ ਇਹੋ ਜਿਹੀ ਸਾਨੂੰ ਦਿੱਕਤ ਨਹੀਂ ਸੀ ਇਹ ਵੀ ਉਹ ਉਹਦੇ ਪੋਜੀਸ਼ਨ ਕੰਟਰੋਲ ਜਾਂ ਡਰਾਫਟ ਕੰਟਰੋਲ ਦੇ ਲੀਵਰ ਨੂੰ ਹੱਥ ਲਾਉਣਾ ਪਵੇ ਠੀਕ ਹੈ ਮੂਹਰੋਂ ਹੀ ਕਿਤੇ ਮੂਹਰੇ ਜ਼ਿਆਦਾ ਖੋਭਾ ਖਾਬਾ ਜਾਏਗਾ ਦੂਸਰੀ ਗੱਲ ਹਾਂਜੀ ਹਾਂਜੀ ਪਰ ਬੜਾ ਜਣੀ ਉਹਨੂੰ ਚਲਾਉਣਾ ਸੌਖਾ ਹੋ ਗਿਆ ਸੀਗਾ ਸਾਡੇ ਆਂਢੀਆਂ ਗੁਆਂਢੀਆਂ ਨੇ ਵੀ ਉਹੀ ਚੀਜ਼ ਬਣਾਈ ਠੀਕ ਹੈ ਜੀ ਅਤੇ ਇਹਦੀ ਜਿਹੜੀ ਹੈਗੀ ਆ ਲਿਫਟ ਉਹਨਾਂ ਨੇ ਡਰਾਫਟ ਕੰਟਰੋਲ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਕਿਉਂਕਿ ਬਾਗਬਾਨੀ ਵਾਸਤੇ ਸੀਗਾ ਹਾਂਜੀ ਅਤੇ ਇਹਦੀ ਜਿਹੜੀ ਆਮ ਲੋਕ ਗੱਲ ਨਹੀਂ ਦੱਸਦੇ ਆਹ ਸੀ ਆ ਜਿਹੜੀ ਨਾ ਦੀ ਦਾ ਪੈਨ ਜਿਹਾ ਜ਼ਿਆਦਾ ਇੱਧਰੋਂ ਆ ਕੇ ਬਣਾ ਲਿਆ ਦੱਸ ਗਿਆ ਜੀ ਆਹ ਜੀ ਅਤੇ ਮੇਰੀ ਉਂਗਲ ਹਾਂਜੀ ਇਹਦੇ ਉੱਪਰ ਇੱਕ ਸ਼ਿਕੰਜਾ ਜਿਹਾ ਕਸਿਆ ਹੁੰਦਾ ਸੀਗਾ ਅੱਛਾ ਜੀ ਇਹਦੇ ਹੈ ਨਹੀਂ ਗਾ ਆਮ ਲੋਕ ਉਹਦੀ ਪਰਵਾਹ ਨਹੀਂ ਕਰਦੇ ਠੀਕ ਹੈ ਅੱਛਾ ਕਲਿੰਪ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ ਹਾਂਜੀ ਹਾਂਜੀ ਉਹ ਤੁਸੀਂ ਆਪਦੀ ਮਰਜ਼ੀ ਅਨੁਸਾਰ ਉੱਚਾ ਨੀਵਾਂ ਕਰ ਲਿਓ ਜਦੋਂ ਉਹ ਇੱਥੇ ਦਬਾਅ ਪਾਉਂਦਾ ਹਾਂਜੀ ਆਪਦੇ ਆਹ ਥੱਲੇ ਚਲਾ ਗਿਆ ਹੁਣ ਇਹਦੀ ਲਿਫਟ ਖਰਾਬ ਆ ਹਾਂਜੀ ਚੱਲਦੀ ਨਹੀਂ ਜਦੋਂ ਇੱਥੇ ਦਬਾਅ ਪਾਊਗਾ ਲਿਫਟ ਨੇ ਉੱਥੇ ਖੜ ਜਾਣਾ ਉਦੋਂ ਥੱਲੇ ਨਹੀਂ ਜਾਊ ਠੀਕ ਹੈ ਜੀ ਅਤੇ ਜੇ ਇੱਧਰ ਝਿਰੀ ਵਾਲੀ ਪਾਈ ਹੋਈ ਆ ਫਿਰ ਕਾਫੀ ਹੱਦ ਤੱਕ ਟਰੈਕਟਰ ਸੌਖਾ ਚੱਲੂਗਾ ਉਹਦੇ ਨਾਲ ਠੀਕ ਹੈ ਜੀ ਅਤੇ ਹੋਰ ਹੁਣ ਜਦੋਂ ਗੱਲਾਂ ਚੱਲ ਪੈਂਦੀਆਂ ਕਈ ਗੱਲਾਂ ਭੁੱਲੀ ਜਾਂਦੀਆਂ ਹਾਂ ਇਹਦੇ ਦੂਸਰੇ ਬੰਨੇ ਜਿਹੜੀਆਂ ਸੀਗੀਆਂ ਲਾਈਟਾਂ ਇਸ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਸੀਗੀਆਂ ਵੀ ਡਿਊਲ ਟਰਾਂਸਮਿਸ਼ਨ ਆ ਹਾਂਜੀ ਤਾਂ ਇਹ ਘੁੰਮ ਕੇ ਇੱਧਰ ਨੂੰ ਹੋ ਜਾਂਦੀਆਂ ਸੀਗੀਆਂ ਅੱਛਾ ਜੀ ਜੇ ਤੁਸੀਂ ਇੱਧਰ ਨੂੰ ਚਲਾਉਣਾ ਤੁਹਾਨੂੰ ਲਾਈਟ ਇੱਧਰ ਨੂੰ ਚਾਹੀਦੀ ਆ ਹਾਂਜੀ ਇੱਧਰ ਇਹਦਾ ਪ੍ਰੀ ਏਅਰ ਕਲੀਨਰ ਰਾਹ 'ਚ ਆ ਜਾਂਦਾ ਠੀਕ ਹੈ ਇੱਧਰ ਜਿਹੜੀ ਦੀ ਪਲਾਓ ਲਾਈਟ ਪਹਿਲਾਂ ਹੀ ਹੈਗੀ ਆ ਹਾਂਜੀ ਅਤੇ ਜਿਹੜੀ ਦੂਜੇ ਬੰਨੇ ਵਾਲੀ ਹੈਗੀ ਆ ਉਹਨੂੰ ਤੁਸੀਂ ਘੁਮਾ ਕੇ ਇੱਧਰ ਕਰ ਲੈਣਾ ਠੀਕ ਹੈ ਤੁਹਾਡੇ ਕੋਲ 2 ਲਾਈਟਾਂ ਹੋ ਗਈਆਂ ਹਾਂਜੀ ਅਤੇ ਹੋਰ ਇਹਦਾ ਕੀ ਸੀਗਾ ਬਾਅਦ 'ਚ ਯਾਦ ਆਊ ਹਾਂ ਕਈ ਬੰਦਿਆਂ ਨੇ ਜਿਨ੍ਹਾਂ ਨੇ ਲਿਆ ਸੀਗਾ ਬੜਾ ਹੀ ਦਾਨਿਸ਼ਮੰਦੀ ਤੋਂ ਕੰਮ ਲਿਆ ਹਾਂਜੀ ਇਹਦੇ ਇਹ ਪਤਲੇ ਟਾਇਰ ਲਾਹ ਕੇ ਅਤੇ ਚੌੜੇ ਪਾ ਲਏ ਅੱਛਾ ਜੀ ਬੇਸ਼ੱਕ ਓਰੀਜਨਲ ਨਹੀਂ ਸੀ ਅਤੇ ਉਹ ਬੜੀ ਵਧੀਆ ਗੱਲ ਸੀ ਠੀਕ ਹੈ ਜੀ ਉਹਦੇ ਬੰਨੇ ਉਹਦਾ ਜਾਣੀ ਇਹ ਹੁੰਦਾ ਵੀ ਟਰੈਕਟਰ ਲਿਆ ਤੁਸੀਂ ਜ਼ਮੀਨ ਨੂੰ ਪੱਟਣ ਵਾਸਤੇ ਹਾਂਜੀ ਅਤੇ ਜੇ ਪਤਲਾ ਟਾਇਰ ਹੈਗਾ ਹਾਂਜੀ ਤਾਂ ਉਹਦਾ ਆਧਾਰ ਘੱਟ ਆ ਅਤੇ ਜ਼ਿਆਦਾ ਜ਼ਮੀਨ ਨੂੰ ਨੱਪੂਗਾ ਬਿਲਕੁਲ ਜੇ ਟਾਇਰ ਚੌੜਾ ਹੈਗਾ ਹਾਂਜੀ ਤਾਂ ਫਿਰ ਉਹ ਜ਼ਮੀਨ ਨੂੰ ਲਤੜੂਗਾ ਘੱਟ ਠੀਕ ਹੈ ਜੀ ਅਤੇ ਉਹ ਬਹੁਤ ਵਧੀਆ ਗੱਲ ਕੀਤੀ ਸੀਗੀ ਕਿਉਂਕਿ ਬਣਿਆ ਸੀ ਬਾਗਾਂ ਬੂਗਾਂ ਵਾਸਤੇ ਬਾਹਲੇ ਡੂੰਘੇ ਜਿਹੜੇ ਸੰਦ ਹੈਗੇ ਆ ਉਹ ਤਾਂ ਇਹਦੇ ਮਗਰ ਪਾਉਂਦੇ ਹੀ ਨਹੀਂ ਸੀ ਉਹ ਬਿਲਕੁਲ ਜੀ ਅੰਕਲ ਜੀ ਜਦੋਂ ਇਹ ਟਰੈਕਟਰ ਆਇਆ ਮੇਰੇ ਹਿਸਾਬ ਨਾਲ ਬਹੁਤ ਵੱਡੀ ਮਾਤਰਾ 'ਚ ਟਰੈਕਟਰ ਖਰੀਦੇ ਲੋਕਾਂ ਨੇ ਇਹ ਹੈ ਨਾ ਇਹ ਪਹਿਲਾਂ ਇਹਨਾਂ ਦੀ ਨਕਦਰੀ ਸੀਗੀ ਹਾਂਜੀ ਸਨ 54 ਜਾਂ 55 ਦੀ ਗੱਲ ਆ ਹਾਂਜੀ ਮੇਰਾ ਦਾਦਾ ਲੈ ਕੇ ਆਇਆ ਸੀਗਾ ਪੀਟਰ ਇੰਜਣ ਦਿੱਲੀ ਤੋਂ 900 ਰੁਪਈਏ ਦਾ ਠੀਕ ਹੈ ਜੀ ਉਹ ਜੜੁੱਤ ਸੀਗੇ ਟਵਿਨ ਹਾਂਜੀ 5-5 ਦੇ ਦੋ 10 horsepower ਬਣ ਗਈ ਅੱਛਾ ਜੀ ਬਾਪੂ ਉਦੋਂ ਪੜ੍ਹਦਾ ਹੀ ਸੀਗਾ ਹਾਂਜੀ ਲੁਧਿਆਣੇ ਕਾਲਜ ਇਹ ਜਦੋਂ ਘਰ ਆਇਆ ਤਾਂ ਉਹਨੇ ਫਿਰ ਮੇਰੇ ਦਾਦੇ ਨੂੰ ਕਿਹਾ ਵੀ ਤੂੰ 900 ਦਾ ਇਕੱਲਾ ਇੰਜਣ ਲੈ ਕੇ ਆਇਆ ਹਾਂਜੀ 100 ਰੁਪਈਆ ਹੋਰ ਪਾਉਂਦਾ ਡੀ ਟੀ 14 ਆਉਂਦਾ ਸੀ ਅੱਛਾ ਜੀ ਸਨ 55 'ਚ ਇਹਦੀ ਕੀਮਤ ਸਿਰਫ 1000 ਰੁਪਈਆ ਸੀ ਸਿਰਫ 1000 ਰੁਪਇਆ ਹਾਂ ਅਤੇ 22 ਲੱਖ ਦੀ ਕੀਮਤ 3000 ਆ ਅੱਛਾ ਜੀ ਅਤੇ ਜਿਹੜਾ ਫਰਗੂਸਨ ਸੀਗਾ ਅਸਲ 'ਚ ਤਾਂ ਉਹਦਾ ਨਾਂ ਸੀਗਾ ਮੈਸੀ ਹੈਰਿਸ ਫਰਗੂਸਨ ਹਾਂਜੀ ਲੋਕ ਉਹਨੂੰ ਫਰਗੂਸਨ ਹੀ ਕਹਿ ਦਿੰਦੇ ਸੀਗੇ ਹਾਂਜੀ ਉਹਦੀ ਕੀਮਤ ਸੀਗੀ 7000 ਅੱਛਾ ਜੀ
ਜੇ ਉਹਦੀਆਂ ਓਰੀਜਨਲ ਲਾਈਟਾਂ ਨੰਬਰ ਪਲੇਟ ਲਾਉਣੀ ਆ ਫਿਰ ਸੀਗਾ ਉਹ 7,050 ਰੁਪਈਏ। ਠੀਕ ਹੈ ਜੀ। ਉਹ 50 ਰੁਪਈਏ ਦੀਆਂ ਲਾਈਟਾਂ ਜੇ ਤੁਸੀਂ ਹੁਣ ਖਰੀਦਣੀਆਂ ਤਾਂ ਘੱਟੋ ਘੱਟ 2 ਲੱਖ ਦੀਆਂ। ਬਿਲਕੁਲ ਜੀ। ਆ ਇਹਦੇ ਨਾਲ ਮੈਂ ਖੋਰ ਲਾਈ ਆ 25 ਜੀ ਬਣਵਾ ਕੇ ਇੱਥੋਂ ਖਰਾ ਦਈਏ ਤਾਂ ਗਲਤੀ ਨਾਲ ਇੱਧਰ ਲੱਗ ਗਈ ਉੱਧਰ ਲਾਉਣੀ ਆ। ਇਹਦਾ ਓਰੀਜਨਲ ਸ਼ੀਸ਼ਾ ਇੱਥੇ ਲੱਗਿਆ ਹੁੰਦਾ ਸੀਗਾ। ਠੀਕ ਹੈ ਜੀ। ਕਿਉਂਕਿ ਉੱਧਰ ਸੱਜੇ ਬੰਨੇ ਚੱਲਦੇ ਆ ਤਾਂ ਇੱਧਰ ਠੀਕ ਆ, ਹੁਣ ਮੈਂ ਖੋਲ੍ਹ ਕੇ ਉੱਧਰ ਲਾਊਂਗਾ। ਠੀਕ ਹੈ ਜੀ। ਅਤੇ ਜਿਹੜੇ ਪਹਿਲੇ DT14 ਆਏ ਆ, ਹਾਂਜੀ, ਉਹਨਾਂ ਦੇ ਜਿਹੜਾ ਪ੍ਰੀ ਏਅਰ ਕਲੀਨਰ ਆ ਉਹ 25 ਦੇ ਜੀਟਰ ਵਰਗਾ ਸੀਗਾ। ਅੱਛਾ ਜੀ। ਉਹ ਉੱਥੇ ਪਏ ਆ ਪਿੱਛੇ, ਉਹ ਫਿਰ ਫੋਟੋ ਮੈਨੂੰ ਯਾਦ ਨਹੀਂ ਰਿਹਾ। ਅਤੇ ਇੱਕ ਤੁਸੀਂ ਬਣਾਈ ਸੀ DT14 ਦੀ, ਉਹਦੇ ਜਿਹੜੇ ਮਡ ਗਾਰਡ ਆ ਨਾ ਇਸ ਤਰ੍ਹਾਂ ਨਹੀਂ ਹੈ, ਹਾਂਜੀ, ਉਹ ਸਿੱਧੇ ਜੇ ਆ। ਹਾਂਜੀ ਹਾਂਜੀ। ਅਤੇ ਇਹਨਾਂ ਦੀਆਂ ਲਾਈਟਾਂ ਆਉਂਦੀਆਂ ਹੁੰਦੀਆਂ ਸੀਗੀਆਂ ਇੱਥੇ। ਅੱਛਾ ਜੀ। DT14 ਦੀਆਂ। ਠੀਕ ਹੈ। ਅਤੇ 22 ਲਾਸਟ ਅਤੇ 28 ਦੇ ਰੂਸੀ ਦੀਆਂ ਆਉਂਦੀਆਂ ਸੀ ਇੱਥੇ। ਠੀਕ ਹੈ ਜੀ। ਫਿਰ ਜਿਹੜੇ ਗਾਂਹ ਵਾਲੇ ਮਾਡਲ ਬਣਾਏ, ਹਾਂਜੀ, ਇਹ DT14 ਦੀਆਂ ਇੱਥੋਂ ਇੱਥੇ ਕਰਤੀਆਂ। ਹਾਂਜੀ। ਅਤੇ ਬੈਲਾਰੂਸ ਦਾ ਮੈਂ 22 ਲਾਸ ਹੀ ਕਹੂੰਗਾ ਜਿਹੜੀ ਆਪਣੀ ਖੇਤਾਂ ਵਾਲਿਆਂ ਦੀ ਬੋਲੀ ਹੈ। ਹਾਂਜੀ। 22 ਲਾਸ ਅਤੇ ਜਿਹੜਾ DT28 ਆ ਉਹਦੀਆਂ ਇੱਥੇ ਅੱਗੇ ਲਾਤੀਆਂ। ਅਤੇ ਹੋਰ ਕੋਈ ਦੱਸ ਪੁੱਛ ਕੀ ਆ? ਬਸ ਜੀ ਇਹੀ ਸੀ। ਅਤੇ ਗੁਣ ਤਾਂ ਆਪਾਂ ਦੱਸਦੇ, ਇਹਦਾ ਕੋਈ ਔਗਣ ਜਿਹੜਾ ਸਭ ਤੋਂ ਵੱਡਾ ਹੋਵੇ, ਕਿਉਂਕਿ ਆਪਾਂ ਔਗਣ ਵੀ ਦੱਸਣਾ ਹੀ ਦੱਸਣਾ ਵਾ। ਔਗਣ ਇਹਦੇ ਵਿੱਚ ਔਗਣ ਕੋਈ ਨਹੀਂ। ਹਾਂਜੀ। ਕਿਉਂਕਿ ਜਿਸ ਕੰਮ ਵਾਸਤੇ ਬਣਾਇਆ ਗਿਆ ਸੀ ਆਪਾਂ ਉਹ ਕੰਮ ਬਿਲਕੁਲ ਨਹੀਂ ਲਿਆ। ਆਪਾਂ ਇਹ ਤੋਂ ਉਹ ਕੰਮ ਲੈ ਲਏ ਜਿਹਦੀ ਉਮੀਦ ਹੀ ਨਹੀਂ ਸੀ ਰੱਖੀ ਜਾ ਸਕਦੀ। ਅੱਛਾ ਜੀ। ਫਿਰ ਹਜੇ ਵੀ ਮੈਂ ਇਹਨੂੰ ਜਿਵੇਂ ਉਹ ਕਾਰਨ ਖਰੀਦਣ ਦਾ ਕਾਰਨ ਇਹ ਹੈਗਾ, ਜਿੱਥੋਂ 69-11 ਜਾਂ ਹੋਰ ਟਰਾਲੀ ਨਹੀਂ ਕੱਢਦਾ, ਈਵਨ 25 ਦਾ ਜੀਟਰ ਅਤੇ 50 ਦਾ ਜੀਟਰ ਸੁਪਰ, ਹਾਂਜੀ, ਇਹ ਕੱਢ ਕੇ ਲੈ ਜਾਂਦਾ। ਅੱਛਾ ਜੀ। ਇਹ ਮੇਰੇ ਸਮਝੋ ਬਾਹਰ ਆ, ਜਾਣੀ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ। ਹਾਂਜੀ। ਮੇਰਾ ਇੱਥੇ ਦਿਮਾਗ ਜੇ ਕਿਸੇ ਨੂੰ ਪਤਾ ਹੈਗਾ ਉਹ ਦੱਸ ਦੇਵੇ ਵੀ ਕਿਉਂ ਇੱਥੋਂ ਤੱਕ 30-25 ਵੀ ਇੱਥੋਂ ਤੱਕ ਇਹਦੇ ਵਰਗਾ। ਹਾਂਜੀ ਹਾਂਜੀ। ਉਹ ਮੂਹਰੇ 2 ਸਿਲੰਡਰ ਇੰਜਣ ਲੱਗੇ, ਉਹਦੀ ਹੋਰਸ ਪਾਵਰ ਵੀ ਜ਼ਿਆਦਾ ਆ। ਹਾਂਜੀ। ਉਹ ਵੀ ਨਹੀਂ ਉਹ ਕੰਮ ਕਰ ਸਕਦਾ ਜਿਹੜਾ ਇਹ ਕਰ ਦਿੰਦਾ। ਠੀਕ ਹੈ ਜੀ। ਅਤੇ ਇਦੋਂ ਪਹਿਲਾਂ ਜਿਹੜੇ ਸੀਗੇ DT14 ਉਹ ਸੀਗਾ DT10 DT10। ਅੱਛਾ ਜੀ। DT10 ਇੱਥੋਂ ਤੱਕ ਤਾਂ ਇਹੋ ਜਿਹਾ ਹੀ ਸੀਗਾ। ਅੱਛਾ ਜੀ। ਮਾਟਗਾਰਡ ਦਾ ਫਰਕ ਸੀ ਸਿੱਧੇ ਸੀ, ਜਿਹੜੇ ਤੂੰ ਇੱਕੋ ਬਣਾਈ ਸੀ ਮੂਵੀ ਪਤਾ ਨਹੀਂ ਕਿਹਦੇ। ਹਾਂਜੀ। ਅਤੇ ਉਹਦੇ ਸੀਗਾ ਪੈਟਰੋਲ ਇੰਜਣ। ਠੀਕ ਹੈ। ਫਿਰ ਇਹਨਾਂ ਨੇ ਪੈਟਰੋਲ ਤੋਂ ਬਾਅਦ ਇਹਨੂੰ ਆਹ ਲਾਇਆ। ਠੀਕ ਹੈ ਜੀ। ਡੀਜ਼ਲ ਔਰ DI ਬੜੀ ਵੱਡੀ ਗੱਲ ਸੀਗੀ ਉਸ ਜ਼ਮਾਨੇ ਦੇ ਵਿੱਚ, ਜਿਹੜਾ DI ਇੰਜਣ ਲਾ ਦੇਣਾ। ਹਾਂ, ਇੱਕ ਆਹ ਚੀਜ਼ ਭੁੱਲ ਗਏ ਮੈਂ ਜੀ, ਕੋਈ ਨਹੀਂ ਕਰ ਲੈਂਦਾ ਮੈਂ। ਤੁਹਾਡਾ ਕੈਮਰਾ ਸਹੀ ਰੱਖ। ਬਿਲਕੁਲ ਸਹੀ ਹੈ ਜੀ। ਇਹਦਾ ਜਿਹੜਾ ਰੇਡੀਏਟਰ ਹੈ ਸਟੇਨਲੈਸ ਸਟੀਲ ਦਾ। ਅੱਛਾ ਜੀ। ਓਰੀਜਨਲ ਆ ਹਜੇ ਤੱਕ। ਠੀਕ ਹੈ। ਆਹ ਟਾਂਕੇ ਲਵਾ ਲਏ ਇਹਦੇ ਜਿੱਥੋਂ ਮਾੜਾ ਮੋਟਾ ਖਰਾਬ ਸੀਗਾ। ਠੀਕ ਹੈ ਜੀ। ਫਿਰ ਆਹਦੇ ਨਟ ਬੋਲਟ ਕਸੇ ਆ। ਹਾਂਜੀ। ਇਹਨੂੰ ਸਾਫ਼ ਕਰਨਾ, ਨਟ ਬੋਲਟ ਖੋਲ੍ਹੋ, ਇੱਧਰ ਖੋਲ੍ਹੋ, ਸਾਈਕਲ ਦੀ ਪੁਰਾਣੀ ਤਾਰ ਲਓ ਜਾਂ ਹੋਰ ਕੋਈ ਪੱਤੀ ਪਾ ਪਾ ਕੇ ਵਿੱਚ ਘੁਮਾਈ ਜਾਓ, ਕੀ ਮਜਾਲ ਆ ਇਹਦੇ। ਕਿਤੇ ਖਰਾਬ ਜਿਹਾ ਹੈਗਾ ਸਟੇਨਲੈਸ ਸਟੀਲ ਦਾ, ਉਹ ਖਰਾਬ ਇਹਨੇ ਕੀ ਹੋਣਾ। ਬਿਲਕੁਲ ਜੀ। ਅਤੇ ਇੱਥੇ ਇਹਦੇ ਲੱਗਿਆ ਹੁੰਦਾ ਸੀ ਸ਼ਟਰ। ਅੱਛਾ ਜੀ। ਇਹ ਤਾਂ ਹੁਣ ਮੈਨੂੰ ਇਸੇ ਹਾਲਤ 'ਚ ਹੀ ਮਿਲਿਆ, ਗਰਮ ਠੰਡਾ ਕਰਨ ਵਾਸਤੇ ਜੀ। ਹਾਂ, ਵੀ ਮੂਹਰੇ ਇਹਨੂੰ ਦੂਸਰੇ ਬੰਨੇ ਟਰੈਕਟਰ ਦਾ ਨਾ ਇੱਧਰ ਆ ਲੇਨ ਟੈਂਪਰੇਚਰ ਗਏ ਇੱਥੇ, ਲੋਕ ਇਸ ਚੀਜ਼ ਦਾ ਇੱਥੋਂ ਦੇਖ ਲਾ ਜੇ ਤਾਂ। ਆਹ ਜਿਹੜੀ ਆ ਨਾ ਹਰੇ 'ਚ ਰਹਿਣੀ ਚਾਹੀਦੀ ਆ। ਹਾਂਜੀ। ਇੱਕ ਲਾਲ ਨਿਸ਼ਾਨ ਲੱਗਿਆ, ਇੱਕ ਹੋਰ ਆ ਹੁਣ ਇਹਦੇ ਵਿੱਚ ਨਹੀਂ ਆਉਣਾ। ਹਾਂਜੀ ਹਾਂਜੀ। ਅਤੇ ਉਨ੍ਹਾਂ ਚਿਰ ਇਹਦਾ ਥਰਮੋਸਟੇਟ ਨਹੀਂ ਖੁੱਲ੍ਹਦਾ। ਠੀਕ ਹੈ। ਜਿੰਨਾ ਚਿਰ ਲਾਲ 'ਚ ਆ। ਠੀਕ ਹੈ। ਜੇ ਥਰਮੋਸਟੇਟ ਖੁੱਲ੍ਹਦਾ, ਥਰਮੋਸਟੇਟ ਇਹਦੇ ਇੱਥੇ ਹੁੰਦਾ। ਅੱਛਾ ਜੀ। ਲੋਕ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ, ਨਵੇਂ ਟਰੈਕਟਰਾਂ ਦਾ ਕੱਢ ਕੇ ਉਹ ਮਾਰਦੇ ਆ। ਹਾਂਜੀ। ਉਹ ਗਰਮ ਦੇਸ਼ ਆ, ਇੱਥੇ ਕੀ ਲੋੜ ਆ, ਟਰੈਕਟਰ ਨੂੰ ਨਹੀਂ ਪਤਾ ਵੀ ਇਹ ਗਰਮ ਦੇਸ਼ ਆ ਜਾਂ ਠੰਡਾ ਦੇਸ਼ ਆ। ਹਾਂਜੀ। ਇਹਨੂੰ ਜਿਹੜਾ ਤਾਪਮਾਨ ਆ ਇਹਦੇ ਪਿਸਟਨ ਰਿੰਗ ਵਾਸਤੇ, ਇਹ ਓਨਾ ਹੀ ਚਾਹੀਦਾ। ਬਿਲਕੁਲ ਜੀ। ਦੂਸਰੀ ਗੱਲ ਇਹਦੀ, ਇੱਥੇ ਲਈ ਵਾਟਰ ਬਾਡੀ ਆਸ। ਹਾਂਜੀ। ਆ ਪਿੱਤਲ ਦਾ ਨਟ ਦੀਂਦਾ। ਹਾਂਜੀ। ਇਹਦੇ ਵਿੱਚ ਕੋਈ ਸੀਲ ਨਹੀਂ, ਕੁਛ ਨਹੀਂ ਹੈ। ਅੱਛਾ ਜੀ। ਜੇ ਇੱਥੋਂ ਤੇਲ ਚੋਣ ਲੱਗ ਗਿਆ, ਪਾਣੀ ਚੋਣ ਲੱਗ ਗਿਆ, ਹਾਂਜੀ, ਫਿਰ ਜਾਓ। ਅੱਜ ਕੱਲ੍ਹ ਤਾਂ ਉਹ ਚੀਜ਼ਾਂ ਹੈ ਨਹੀਂ, ਅਤੇ ਬੁੜੀ ਚਰਖਾ ਕੱਤ ਰਹੀ ਆ।
हाँ जी तो वह तो लो जी वो तंद जी तो उदू बत्ती बना के दुआले लपेट के पित्तल का नट कस दो। अच्छा जी सील पैगी सील पैगी है ठीक है। होर इतों भी निगाह मार लिये कोई आ तो बाकी जी मूवियाँ का घंटे वाला मीटर आ। हाँ जी हाँ जी ये बथेरी बार दिखा ये दसता जी बहुत बार बिल्कुल एक आ इतों चलो बोनट का सरिया जहा है नहीं गा। हाँ जी हम कई चीज़ा मैं बाद चेते होनी जो तू चलिया गया। ठीक है जी चलो फिर भी वीडियो काफ़ी लंबी हो गई है तो आप अगली वीडियो ही दसदा चल के संधु साहब के फार्म से बाकी गल जाना उन्होंने वो याद कराई उनका समान समून भी जाना। ठीक है अंकल जी बहुत धन्यवाद जी धन्यवाद तेरा भी तू चल के आया। हाँ ये पुली पाली बड़ा चलो ये तो पता ही है लोगों को। हाँ जी धन्यवाद जी ऑलराइट ओके दोस्तों धन्यवाद दोस्तों वीडियो देखने लिए मिलते हैं नवी वीडियो के नाल।